ਸੀਗੇ ਯਾਰ, ਉਹ ਮੁੱਖ ਮੰਤਰੀ ਹੈ ਇੱਕ ਤੇ ਕੋਈ ਚਵਲ ਜਾ ਰਣਵੀਰ ਬਾਠ ਯਾਰ, ਮੈਨੂੰ ਸਮਝ ਨਹੀਂ ਆਉਂਦੀ ਮੇਰੇ ਗਾਣਾ ਚੋਰੀ ਕਰ ਲਿਆ ਯਾਰ ਰਾਮ ਨਾਮ ਸੱਤ, ਇੱਕ ਸਾਲ ਦਾ ਗਾਣਾ ਬਣਿਆ ਪਿਆ ਹਾਂ, ਗਾਣੇ ਚੋਰੀ ਕਰ ਕਰ ਬਣਦੇ ਸਟਾਰ, ਸੱਚੀ ਦੱਸਾਂ ਤੁਸੀਂ ਇੱਕ ਦਬਕੇ ਦੀ ਮਾਰ, ਆ ਚਾਰ ਫੁੱਟਾਂ ਨਾਲ ਜੋ ਕਤੂਰਾ ਪਾਲਿਆ ਇਹਨੂੰ ਇੱਕ ਵਾਰੀ ਮੇਰੇ ਅੱਗੇ ਛੱਡ, ਆ ਐਸੀ ਜਗ੍ਹਾ ਫਨਾਡਾ ਤੂੰ ਮਿੱਤਰਾ, ਤੂੰ ਬਾਰ ਬਾਰ ਕਹਿਣਾ ਵੀਰੇ ਕੱਢ, ਹੈਲੋ ਫਰੈਂਡਸ, ਮੈਂ ਲਕਸ਼ਦਾ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਗੱਲ ਕਰਾਂਗੇ ਮੁੱਖ ਮੰਤਰੀ ਦੀ, ਮੁੱਖ ਮੰਤਰੀ ਜੋ ਕਿ ਅਕਸਰ ਕੰਟਰੋਵਰਸੀ ਵਿੱਚ ਘਿਰੇ ਰਹਿੰਦੇ ਨੇ। ਦੱਸਦੇ ਤੁਹਾਨੂੰ ਕਿ ਹਾਲ ਹੀ ਵਿੱਚ ਉਹਨਾਂ ਦਾ ਇੱਕ ਗਾਣਾ ਆਇਆ ਸੀ ਵੱਡਾ ਇਲਿਊਮਨਾਟੀ, ਜਿਹਦੇ ਨਾਲ ਉਹਨਾਂ ਨੇ ਸਿੰਘਾਂ ਨੂੰ ਰਿਪਲਾਈ ਦਿੱਤਾ ਸੀ, ਅਤੇ ਹੁਣ ਇਸ ਗਾਣੇ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਵਿਵਾਦ ਸਾਹਮਣੇ ਆ ਰਿਹਾ। ਮੁੱਖ ਮੰਤਰੀ ਦੇ ਇਸ ਨਵੇਂ ਗਾਣੇ ਦੀ ਜਿਹੜੀ ਹੁੱਕ ਲਾਈਨ ਹੈ ਰਾਮ ਰਾਮ ਸੱਤ, ਉਸ ਨੂੰ ਲੈ ਕੇ ਗਾਇਕ ਏਕਮ ਬਾਵਾ ਦਾ ਕਹਿਣਾ ਹੈ ਕਿ ਇਹ ਲਾਈਨ ਮੁੱਖ ਮੰਤਰੀ ਨੇ ਉਹਨਾਂ ਦੇ ਗਾਣੇ ਦੀ ਚੋਰੀ ਕੀਤੀ ਹੈ। ਜਿਸ ਦੇ ਚੱਲਦਿਆਂ ਹੁਣ ਇਹਨਾਂ ਦੋਨਾਂ ਦੀ ਕੰਟਰੋਵਰਸੀ ਸ਼ੁਰੂ ਹੋ ਚੁੱਕੀ ਹੈ, ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਲਾਈਵ ਆ ਕੇ ਕੀ ਕੁਝ ਕਿਹਾ ਏਕਮ ਬਾਵਾ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਏਕਮ ਬਾਵਾ ਅਤੇ ਨਾਲ ਮੇਰੇ ਵੀਰਾ ਲੱਖੀ ਸਿੱਧੂ, ਮੇਰੀ ਜਾਨ ਵੀਰਾ, ਅਤੇ ਅਸੀਂ ਨਾ ਪਹਿਲਾਂ ਲਾਈਵ ਹੋਏ ਸੀਗੇ, ਮੇਰੇ ਆਪਣਾ ਪੇਜ 'ਤੇ ਲਾਈਵ ਹੋਏ ਸੀਗੇ ਯਾਰ, ਉਹ ਮੁੱਖ ਮੰਤਰੀ ਹੈ ਇੱਕ ਅਤੇ ਕੋਈ ਚਵਲ ਜਾ ਰਣਵੀਰ ਬਾਠ ਯਾਰ, ਮੈਨੂੰ ਸਮਝ ਨਹੀਂ ਆਉਂਦੀ ਮੇਰੇ ਗਾਣਾ ਚੋਰੀ ਕਰ ਲਿਆ ਯਾਰ ਰਾਮ ਨਾਮ ਸੱਤ, ਇੱਕ ਸਾਲ ਦਾ ਗਾਣਾ ਬਣਿਆ ਪਿਆ, ਮੈਂ 12-13 ਲੱਖ ਰੁਪਈਆ ਪ੍ਰੋਜੈਕਟ 'ਤੇ ਲਾਇਆ ਯਾਰ, ਮੈਨੂੰ ਸਮਝ ਨਹੀਂ ਆਉਂਦੀ ਯਾਰ, ਤੁਸੀਂ ਮੇਰਾ ਇੱਕ ਸਾਰਾ ਕੁਛ ਇੱਕ ਸਕਿੰਟ 'ਚ ਹੀ ਉਹ ਕਰਤਾ, ਉਹ ਤੁਸੀਂ ਸ਼ਰਮ ਕਰ ਲਓ ਇਹਦੇ ਜਵਾਕ ਦੇ, ਪੁੱਠੇ ਕੰਮ ਕਰਾ ਰਿਹਾ ਰਣਵੀਰ। ਮੈਂ ਫੋਨ ਕੀਤਾ ਦੀ ਕੰਪਨੀ ਨੂੰ, ਮੈਂ ਫੋਨ ਕੀਤਾ ਤੂੰ ਮੈਨੇਜਰ ਨੇ ਫੋਨ ਚੱਕਿਆ ਬਦਮਾਸ਼ੀ ਕਰਦੇ ਪਏ ਆ ਸਰ, ਹੈ ਨਾ, ਮੈਂ ਕਿਹਾ ਤੂੰ ਸਾਡੇ 'ਤੇ ਬਦਮਾਸ਼ੀ ਨਾ ਕਰ ਕਾਕਾ, ਕੀ ਲੈਣਾ, ਅਸੀਂ ਬੋਲਦੇ ਨਹੀਂ, ਅਸੀਂ ਬੋਲਦੇ ਨਹੀਂ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਨਾਲ ਲੜਦੇ ਹੈ ਹੀ ਨਹੀਂ, ਅਸੀਂ ਆਪਦਾ ਕੰਮ ਕਰਦੇ ਹਾਂ। ਸੋ ਵੀਰੇ ਇਹਨਾਂ ਦੀ ਛਾਲ ਚੁਕਾਉਣੀ ਹੈ, ਇਹਨਾਂ ਦਾ ਗਰੂਰ, ਇਹ ਪਹਿਲਾਂ ਵੀ ਤੁਹਾਨੂੰ ਪਤਾ ਕਿੰਨਾ ਗੰਦ ਮੰਦ ਬੋਲਦੇ ਆ, ਹਨਾ, ਤੇ ਪਤਾ ਨਹੀਂ ਕੀ ਕੰਟਰੋਵਰਸੀ ਕਰਦੇ ਆ, ਪਰ ਜਵਾਕ ਨਾਲ ਕੋਈ ਨਹੀਂ ਰੋਟੀ ਖਾ ਰਿਹਾ, ਠੀਕ ਹੈ, ਬਟ ਗਲਤ ਤਾਂ ਰਣਵੀਰ ਬਾਠਾ, ਤੈਨੂੰ ਮੈਂ ਇੱਕ ਗੱਲ ਦੱਸਦੀ ਪੁੱਤ, ਇਹੋ ਜਿਹੀ ਥਾਂ ਮੈਂ ਮੰਜੀ ਠੋਕਾਂਗੇ ਨਾ, ਠੋਕਣ ਤੇ ਆ ਗਏ ਸੌ ਲੱਗੇ ਹੋਏ, ਸੌ ਤੁਹਾਨੂੰ ਪਤਾ ਹੀ ਹੈ ਯਾਰ, ਮੇਰਾ ਗਾਣਾ ਕਾਪੀ ਕੀਤਾ ਉਹਨਾਂ ਨੇ, ਉਹ ਆਪਣਾ ਮੁੱਖ ਮੰਤਰੀ ਅਤੇ ਰਣਵੀਰ ਬਾਠ ਉਹਨਾਂ ਨੇ। ਸੋ ਯਾਰ ਤੁਸੀਂ ਸਾਰਿਆਂ ਨੇ ਮੈਨੂੰ ਸਪੋਰਟ ਕੀਤਾ, ਬਹੁਤ ਥੈਂਕ ਯੂ ਤੁਹਾਡਾ, ਸੋ ਲਵ ਯੂ ਯਾਰ, ਤੁਸੀਂ ਇਹਨੂੰ ਵੀ ਸ਼ੇਅਰ ਕਰ ਦਿਓ ਇੱਕ ਵਾਰੀ, ਉਹਨਾਂ ਨੇ ਗਾਣਾ ਲਿਖਿਆ, ਦੋ ਲੈਣਾ ਮੈਂ ਆਪ ਹੀ ਲਿਖੀਆਂ ਨੇ, ਕਹਿੰਦਾ ਹਾਂ ਗਾਣੇ ਚੋਰੀ ਕਰ ਕਰ ਬਣਦੇ ਸਟਾਰ, ਸੱਚੀ ਦੱਸਾਂ ਤੁਸੀਂ ਇੱਕ ਦਬਕੇ ਦੀ ਮਾਰ, ਆ ਚਾਰ ਫੁੱਟਾਂ ਨਾਲ ਜੋ ਕਤੂਰਾ ਪਾਲਿਆ ਇਹਨੂੰ ਇੱਕ ਵਾਰੀ ਮੇਰੇ ਅੱਗੇ ਛੱਡ, ਆ ਐਸੀ ਜਗ੍ਹਾ ਫਨਾਡਾ ਤੂੰ ਮਿੱਤਰਾ, ਤੂੰ ਬਾਰ ਬਾਰ ਕਹਿਣਾ ਵੀਰੇ ਕੱਢ, ਆ ਐਸੀ ਜਗ੍ਹਾ ਫਨਾਡਾ ਤੂੰ ਮਿੱਤਰਾ, ਤੂੰ ਬਾਰ ਬਾਰ ਕਹਿਣਾ ਵੀਰੇ ਕੱਢ, ਕਰ ਦਿਓ ਸ਼ੇਰ ਬਾਈ, ਲਵ ਯੂ ਯਾਰ। ਤੁਹਾਡੀ ਇਸ ਨਵੀਂ ਸ਼ੁਰੂ ਹੋਈ ਕੰਟਰੋਵਰਸੀ ਨੂੰ ਲੈ ਕੇ ਕੀ ਹੈ ਰਾਏ, ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ, ਅਤੇ ਹੋਰ ਲੇਟੈਸਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ, ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ,
ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲਾਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ ਰਫੀਕ ਮੁਹੰਮਦ